ਹਾਂਜੀ ਕਿਸਾਨ ਵੀਰੋ, ਸਤਿ ਸ੍ਰੀ ਅਕਾਲ। ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ। ਕਿਸਾਨ ਵੀਰੋ, ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾਉਣ ਜਾ ਰਹੇ ਹਾਂ, ਪਿੰਡ ਦੁਗਲ ਵਾਲੇ ਪਹੁੰਚੇ ਹਾਂ, ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨ ਤਾਰਨ ਸਾਹਿਬ। ਓਨਰ ਵੀਰ ਬਲਦੇਵ ਸਿੰਘ ਆਪਣੇ ਨਾਲ ਹੋਊਗਾ, ਪੂਰੀ ਡਿਟੇਲ ਆਪਾਂ ਇਹਨਾਂ ਤੋਂ ਲੈ ਕੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਦਿਆਂਗੇ। ਅੱਜ ਇੱਕ ਘਰੇਲੂ ਘਰ ਦੇ ਵਿੱਚੋਂ ਦੋਸਤੋ ਆਪਾਂ ਵੀਡੀਓ ਬਣਾਉਣ ਆਏ ਹਾਂ। ਇੱਕ ਤਕਰੀਬਨ ਕੋਈ ਸਾਲ ਕੁ ਪਹਿਲਾਂ ਇੱਕ ਵੀਡੀਓ ਬਣਾਈ ਸੀ ਆਪਾਂ ਇਸ ਘਰੋਂ, ਠੀਕ ਹੈ ਜੀ। ਦੋ ਕੁ ਨਾਗ ਵੀਰ ਉਹਨਾਂ ਨੇ ਸੇਲ ਕੀਤੇ ਸੀਗੇ। ਅੱਜ ਇਸ ਵੀਡੀਓ ਵਿੱਚ ਨਾਗ ਵੈਸੇ ਤੁਹਾਨੂੰ ਆਪਾਂ ਟੋਟਲ 4 ਕੁ ਦਿਖਾਉਣੇ ਆ, ਜਿਨ੍ਹਾਂ ਦੇ ਵਿੱਚੋਂ ਇੱਕ ਨੀਲੀ ਰਾਵੀ ਦਾ ਕੱਟਾ ਮਾਲੀ ਦਿਖਾ ਦਾਂਗੇ, ਤੇ ਇੱਕ ਅਫਸਰ ਝੋਟੀ ਹੈ, ਠੀਕ ਹੈ ਜੀ, ਇੱਕ ਅਫਸਰ ਕੱਟੀ ਇਹ ਦਿਖਾਵਾਂਗੇ, ਤੇ ਇੱਕ ਸੂਈ ਸਵਾਈ ਵੈੜ, ਇੱਕ ਗੱਬਣ। ਸੋ ਚਾਰੇ ਨਗਾਂ ਦੀ ਡਿਟੇਲ ਬਲਦੇਵ ਸਿੰਘ ਤੋਂ ਲੈ ਕੇ ਆਪਾਂ ਤੁਹਾਡੇ ਨਾਲ ਪੂਰੀ ਜਾਣਕਾਰੀ ਸਾਂਝੀ ਕਰ ਦਿਆਂਗੇ। ਤੇ ਪਿੰਡ ਦੁਗਲ ਵਾਲੇ ਤੁਸੀਂ ਵਿਜਿਟ ਕਰਨੀ ਹੈ, ਝੰਡੇਰ ਔਰ ਸੂਲਪੁਰ ਨਹਿਰਾਂ, ਠੀਕ ਹੈ ਜੀ, ਇਹ ਥੋੜੀ ਥੋੜੀ ਦੂਰ ਬਿਲਕੁਲ ਨਾਲ ਨਾਲ ਲੱਗਦੇ ਪਿੰਡ। ਆਓ ਕਰਦੇ ਹਾਂ ਗੱਲਬਾਤ, ਲੈਂਦੇ ਹਾਂ ਡਿਟੇਲ ਕੀ ਇਨਫੋਰਮੇਸ਼ਨ ਅੱਜ ਇਹਨਾਂ ਪਸ਼ੂਆਂ ਦੀ। ਸਭ ਤੋਂ ਪਹਿਲਾਂ ਵੀਰ ਬਲਦੇਵ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਹੋਰ ਭਾਜੀ ਠੀਕ ਠਾਕ ਜੀ? ਵਧੀਆ ਭਾਈ। ਅੱਛਾ ਵੀਰ ਬਲਦੇਵ, ਕੋਈ ਸਾਲ ਕੁ ਪਹਿਲਾਂ ਇੱਕ ਆਪਾਂ ਵੀਡੀਓ ਪਾਈ ਸੀ, ਕੋਈ 2-3 ਕਨਾਗ ਦਿਖਾਏ ਸੀਗੇ। ਹਾਂਜੀ ਭਾਜੀ, ਕਰਦੇ ਹੀ ਆਪਣੇ ਉਹ ਵੀ ਆਪਾਂ। ਠੀਕ ਹੈ ਜੀ। ਤੇ ਅੱਜ ਬਲਦੇਵ ਭਾਈ ਆਪਣੇ ਕੋਲ ਜਿਹੜੇ ਐਨੀਮਲ ਨੇ ਟੋਟਲ 4 ਆ, ਜਿਨ੍ਹਾਂ ਦੇ ਵਿੱਚੋਂ ਇੱਕ ਨੀਲੀ ਰਾਵੀ ਦਾ ਮਾਲੀ ਆ। ਹਾਂਜੀ। ਇੱਕ ਅਫਸਰ ਝੋਟੀ ਆ ਆਪਣੇ ਕੋਲ, ਤੇ ਇੱਕ ਸੂਈ ਆ ਬੈਠ, ਤੇ ਇੱਕ ਗੱਬਣ ਤਿਆਰੀ ਵਾਲੀ ਆ। ਹਾਂਜੀ ਹਾਂਜੀ। ਠੀਕ ਹੈ ਜੀ। ਤੇ ਸ਼ੁਰੂਆਤ ਆਪਾਂ ਵੀਰ ਇਸ ਨੀਲੀ ਰਾਵੀ ਮਾਲੀ ਤੋਂ ਕਰ ਲੈਂਦੇ ਆ। ਇਹਦੀ ਕੀ ਡਿਟੇਲ ਆ? ਇੱਕ ਤਾਂ ਮਾਲੀ ਦੀ ਉਮਰ ਦੱਸ ਦਈਏ, ਤੇ ਮੂੰਹ ਦੰਦਾ ਦੱਸ ਦਈਏ, ਆਪਾਂ ਵਾਲੇ ਪੱਖ ਤੋਂ ਪਤਾ ਹੈ ਉਹਦੀ ਵੇਰਵਾ, ਉਹਦੀ ਡਿਟੇਲ ਦੇ ਦਈਏ। ਬਾਵੇ ਵੀਰ ਜੀ, ਕੋਹੇਨੂਰ ਦਾ ਬੱਚਾ। ਤੇ ਆਪ ਕੋਹੇਨੂਰ ਦਾ? ਹਾਂਜੀ। ਠੀਕ ਹੈ ਜੀ। ਤੇ ਚੌਗਾ ਹੋ ਗਿਆ ਇਹ ਮੇਰਾ। ਠੀਕ ਹੈ ਜੀ। ਚੌਗੇ ਦੇ ਨੰਦ ਨੂੰ ਕਰਨ ਦਿਆ ਬਰਾਬਰ। ਮੂੰਹੋਂ 4 ਦੰਦ ਆ ਜੀ। ਹਾਂਜੀ। ਬਾਬੂ ਕਿਸਾਨ ਵੀਰੋ, ਮੂੰਹੋਂ 4 ਦੰਦ ਆ, ਮੂੰਹੋਂ ਚੌਗਾ ਮਾਲੀ, ਠੀਕ ਹੈ ਜੀ। ਤੇ ਕੋਹੇਨੂਰ ਬਾਪ ਵਾਲੇ ਪਾਸਿਓਂ, ਠੀਕ ਹੈ ਜੀ, ਕੋਹੇਨੂਰ ਬੋਲਦਾ ਇਹ ਬੱਚਾ। ਤੇ ਬਾਕੀ ਤੁਸੀਂ ਜੱਜਮੈਂਟ ਕਰ ਲਿਓ, ਠੀਕ ਹੈ ਜੀ, ਇੱਕ ਆਈਡੀਆ ਲਾ ਲਿਓ। ਮੂੰਹੋਂ ਦੰਦਾ 4 ਆ, ਤਾਂ ਤਕਰੀਬਨ ਕੋਈ 3.5 ਸਾਲ ਦੀ ਉਮਰ ਕੋਈ ਭਰਾ ਮੰਨ ਕੇ ਤੁਸੀਂ ਸੌਦਾ ਕਰ ਲਿਓ, ਠੀਕ ਹੈ ਜੀ। ਸੋ ਵਿਕਾਊ ਆ, ਫੋਰ ਸੇਲ ਆ। ਤੇ ਇਹ ਵੀਰ ਅੱਗੇ ਮੱਝਾਂ ਵੀ ਜੰਪ ਲਾਉਂਦਾ? ਹਾਂਜੀ, ਜੰਪ ਲਾਉਂਦਾ, ਇਹਦੀਆਂ ਮੱਝਾਂ ਬਣੀਆਂ ਵਾ। ਅੱਛਾ ਜੀ। ਕੋਈ ਨਹੀਂ ਹਜੇ ਕੋਈ ਵੀ। ਅੱਛਾ ਜੀ। ਤੇ ਨਿਕਲ ਆਈਆਂ ਵਾ, ਚੈੱਕ ਪਾਸ ਹੋ ਗਈਆਂ ਨੇ? ਹਾਂਜੀ, ਚੈੱਕ ਪਾਸ ਹੋ ਗਈਆਂ। ਠੀਕ ਹੈ ਜੀ। ਜਿਹੜਾ ਮੱਝਾਂ ਕ੍ਰੋਸ ਕਰਦਾ, ਤੇ ਮੱਝਾਂ ਬਣੀਆਂ ਸੌਰੀਆਂ ਨੇ, ਠੀਕ ਹੈ ਜੀ, ਚੈੱਕ ਵੀ ਪਾਸ ਹੋਈਆਂ ਨੇ ਇਸ ਮਾਲੀ ਤੋਂ। ਤੇ ਕੋਹੇਨੂਰ ਦਾ ਇਹ ਆਪ ਜਿਹੜਾ ਦੋਸਤੋ ਬੱਚਾ, ਠੀਕ ਆ। ਤੇ ਮੂੰਹੋਂ ਦੰਦਾ ਇੱਕ ਵਾਰੀ ਤੁਹਾਨੂੰ ਆਪਾਂ ਨੋਰਮਲੀ ਦਿਖਾ ਦਿੰਦੇ ਹਾਂ, ਜੇਕਰ ਤੁਸੀਂ ਆ ਦੇਖ ਲਓਗੇ, ਚੌਕ ਦੇ ਹਜੇ ਬਿਲਕੁਲ ਬਰਾਬਰ ਕਰਨੇ ਸ਼ੁਰੂ ਕੀਤੇ ਆ, ਚੌਕ ਦੇ ਬਰਾਬਰ ਨਹੀਂ ਕੀਤੇ ਗਏ, ਛੇਕ ਤੇ ਕੰਨੀ ਵਾਲੇ ਜਿਹੜੇ ਦੰਦ ਹਜੇ ਖੜੇ ਆ ਦੁੱਧ, ਠੀਕ ਆ ਜੀ। ਤੇ ਮਾਰਕਿੰਗ ਬਿਲਕੁਲ ਤੁਹਾਡੇ ਸਾਹਮਣੇ ਆ, ਮੱਥਾ ਵੱਲ, ਅੱਖਾਂ ਦੇ ਵਿੱਚ ਜਵਾਬ ਆ, ਬਿੱਲੀ ਅੱਖਾਂ ਤੇ ਨਾਸ ਬੱਗੀ, ਠੀਕ ਆ ਜੀ। ਬਾਕੀ ਚਾਰੇ ਖੋਰ ਚਾਰੇ ਪੈਰਾਂ ਦੇ ਉੱਪਰ, ਜਿਵੇਂ ਆਪਾਂ ਨੋਰਮਲੀ ਗੱਲ ਕਰਦੇ ਹਾਂ ਜਰਾਬਾਂ ਚੜੀਆਂ, ਬਿਲਕੁਲ ਚਾਰੇ ਖੋਰ ਪੈਰ ਧੁੱਪੇ ਆ, ਠੀਕ ਆ। ਸੋ ਹਵਾਨੇ ਤੇ ਬਿਲਕੁਲ ਫਾਲੇ ਤੇ, ਠੀਕ ਆ ਜੀ, ਪੂਰਾ ਨਿਸ਼ਾਨ ਤੇ ਪੂਛ ਵੀ ਉੱਪਰ ਤੱਕ ਵਾਈਟ ਆ। ਇਹਦਾ ਵੀਰ ਮਦਰ ਮਿਲਕ ਦਾ ਕੋਈ ਆਪਣੇ ਕੋਲ ਵੇਰਵਾ ਹੈਗਾ? ਮਾਂ ਮੂੰ ਕਿੰਨੇ ਕੁ ਦੁੱਧ ਤੇ ਚੱਲਦੀ ਰਹੀ ਆ? ਮਾਂ 14 ਤੋਂ ਪਲੱਸ ਹੀ ਚੱਲੀ ਆ ਜੀ। ਇਹ ਨੀਲੀ ਦੀ ਮਦਰ ਸੀ ਇਹਦੀ? ਇਹੋ ਚੀਜ਼ ਹੀ ਬਾਹਰ ਮਾਂ ਨੀਲੀ ਰਾਵੀ ਦੇ ਵਿੱਚ ਹੀ ਸੀਗੀ, ਠੀਕ ਹੈ ਜੀ। ਲੈ ਬਲਦੇ ਭਾਈ ਖੋਲ ਕੇ ਨੂੰ ਤੋੜ ਕੇ ਦਿਖਾ ਦਈਏ। ਹੈੜੀ ਉਹਦੀ ਮਾਈ ਦੀ, ਠੀਕ ਹੈ ਜੀ, ਚੰਗੀ ਕੱਦ ਕੱਠ ਵਾਲੀ ਸੀਗੀ ਹੈ? ਬਹੁਤ, ਠੀਕ ਹੈ ਜੀ। ਲਓ ਦੱਸੋ ਮਦਰ ਦਾ ਵੀਰ ਨੇ ਦੱਸਿਆ ਹਾਂਜੀ ਕਿੰਨੇ ਕੁ ਮਿਲਕ ਵਾਲੀ ਸੀ? 14 ਤੋਂ ਪਲੱਸ ਹੀ ਚੱਲੀ, 14 ਲੀਟਰ ਤੋਂ ਪਲੱਸ ਸੀ ਤੇ ਆਪਣੀ ਘਰ ਦੀ ਨਾਰਮਲ ਸੇਵਾ ਤੇ। ਠੀਕ ਹੈ ਜੀ। ਠੰਡਾ ਠੁੰਡਾ ਵੜਾ। ਲਓ ਜੀ, ਐ ਬਲਦੇ ਭਾਈ ਥੋੜਾ ਇਹਨੂੰ ਮੋੜ ਕੇ ਖਿਲਾ ਰਿਹਾ ਜੀ, ਇੱਥੇ ਰੋਕ ਲਿਆ ਜੀ ਮਾੜਾ ਜੀ, ਇੱਥੇ ਰੋਕ ਲਿਆ ਜੀ। ਲਓ ਜੀ, ਸੋ ਮਾਰਕਿੰਗ ਬਾਕੀ ਸਿੰਗੀ ਸੁੰਗੀ ਪੂਰੀ ਗੁਲਾਈ ਦੇ ਵਿੱਚ ਆ, ਠੀਕ ਹੈ ਜੀ, ਗੋਲ ਸਿੰਗ ਆ। ਤੇ ਆਹ ਫੇਸ ਕੁਆਲਿਟੀ ਆ, ਚੌੜਾ ਮੱਥਾ, ਅੱਖਾਂ ਦੇ ਵਿੱਚ ਜਵਾਬ, ਠੀਕ ਹੈ ਜੀ। ਸੋ ਅੱਗੇ ਦੱਸੋ, ਕਿਸੇ ਵੀਰ ਨੇ ਚਾਹੇ ਮਾਲ ਡੰਗਰ ਦੇ ਵਿੱਚ ਵੀ ਰੱਖਣਾ, ਠੀਕ ਹੈ ਜੀ, ਸੋ ਕਾਫੀ ਵੀਰ ਡਿਮਾਂਡ ਕਰਦੇ ਰਹਿੰਦੇ ਆ,
ਚਲੋ ਚੰਗਾ ਮਾਲੀ ਨਿਕਲੇ ਤੇ ਜ਼ਰੂਰ ਦੱਸਿਆ ਕਰੋ, ਠੀਕ ਆ ਜੀ। ਸੋ ਵੀਡੀਓ ਦੇ ਮਾਧਿਅਮ ਰਾਹੀਂ ਆਪਾਂ ਬਿਲਕੁਲ ਪਸ਼ੂ ਤੁਹਾਨੂੰ ਦਿਖਾ ਦੇਣਾ ਹੁੰਦਾ ਹੈ। ਅੱਗੇ ਕਿਸੇ ਵੀਰ ਨੇ ਮਾਲ ਪਸ਼ੂਆਂ ਦੇ ਵਿੱਚ ਰੱਖਣਾ ਮਾਲੀ, ਠੀਕ ਆ ਜੀ, ਕ੍ਰੋਸ ਕਰਦਾ ਤੇ ਦੱਸ ਆਪਾਂ ਤੁਹਾਨੂੰ ਦਿੱਤਾ ਹੀ ਹੈ ਨਾਲ। ਬਾਕੀ ਮੱਝਾਂ ਕਾਫੀ ਸੌਰੀਆਂ ਨੇ ਤੇ ਤੋਂ, ਠੀਕ ਹੈ, ਬਣੀਆਂ ਵੀ ਆ, ਚੈੱਕ ਪਾਸ ਵੀ ਹੋਈਆਂ ਨੇ, ਠੀਕ ਆ, ਤੇ ਉਹ ਤੁਸੀਂ ਆਪਣਾ ਵਿਚਾਰ ਬਣਾ ਲਿਓ ਜਿਹੜੇ ਵੀਰ ਨੇ ਵੀ ਖਰੀਦਦਾਰੀ ਕਰਨੀ ਆ। ਬਾਕੀ ਟੈਸਟੀਕਲਾਂ ਦਾ ਸਾਫ਼ ਆ, ਸੋ ਬੈਕ ਸਾਈਡ ਤੋਂ ਤੁਸੀਂ ਵੇਖੋਗੇ ਟੈਸਟੀਕਲਾਂ ਦਾ ਪੂਰਾ ਸਾਫ਼ ਆ ਤੇ ਸੋਹਣੇ ਪਿੱਠਪੁੜੇ ਦੇ ਵਿੱਚ ਆ। ਅੱਗੇ ਕੋਈ ਚੰਗੀ ਸਾਂਭ ਸੰਭਾਲ ਵਾਲਾ ਵੀਰ ਲੈ ਜਾਂਦਾ ਤੇ ਮਾਲੀ ਅੱਗੇ ਚੰਗਾ ਜਵਾਨ ਹੁੰਦੇ ਤੱਕ ਮਾਲੀ ਚੰਗਾ ਤਿਆਰ ਹੋ ਜਾਊਗਾ, ਠੀਕ ਆ, ਠੀਕ ਆ। ਅੱਛਾ ਬੁੱਢੇ ਭਾਈ, ਇਹਦੀ ਕੀ ਡਿਮਾਂਡ ਹੈ, ਕੀ ਮੁੱਲ ਰੱਖਿਆ, ਕਿੰਨੇ ਦਾ ਦੇਵਾਂ ਲਵਾਂਗੇ? ਹਾਂ ਨਾ, ਮੁੱਲ ਤੇ ਇਹਦਾ 80,000 ਰੁਪਏ ਕਰਦੇ ਆਂ ਆਪਾਂ। ਅੱਛਾ ਜੀ, 80,000, ਕੋਈ ਮੌਕੇ ਤੇ ਕੋਈ ਛੋੜ ਛੱਪਾ ਕਿੰਨਾ ਕੁ ਜਾਊਗਾ? ਕਰਾਂਗੇ ਜੀ ਇਮਾਨਦਾਰ, ਠੀਕ ਆ, ਖੁੱਲਾ ਕਰਦਾਂਗੇ ਇਮਾਨਦਾਰ, ਠੀਕ ਆ ਜੀ। ਖੁੱਲਾ ਤੇ ਫਿਰ ਖੁੱਲਾ ਹੀ ਹੋਵੇ ਫਿਰ, ਹੈ ਆ ਪੂਰਾ ਕਰਦੇ ਜਿੰਨਾ ਵੀ ਹੋ ਸਕਦਾ ਗੁੰਜਾਇਸ਼ ਹੈ ਜਿੰਨੀ ਵੀ। ਹਾਂਜੀ, ਸੋ ਮਾਨਤਾ 80,000 ਦੇ ਵਿੱਚੋਂ ਵੀਰ ਬਲਦੇਵਾਂ ਦਾ ਵੀ ਕਰ ਦਿਆਂਗੇ। ਸੋ ਮਾਲੀ ਆਪਾਂ ਤੁਹਾਨੂੰ ਕੱਟਾ ਦਿਖਾ ਦਿੱਤਾ, ਠੀਕ ਆ ਜੀ, ਤੇ ਬਾਕੀ ਆਪਣਾ ਅੱਗੇ ਤੁਸੀਂ ਵਿਚਾਰ ਬਣਾਉਣਾ। ਸੋ ਜਿਹੜੇ ਵੀਰ ਨੂੰ ਪਸੰਦ ਆਊਗਾ ਜਚੂਗਾ, ਤੁਸੀਂ ਇੱਥੇ ਆਣ ਕੇ ਬਿਲਕੁਲ ਅੱਖੀ ਵੀ ਦੇਖ ਲਿਓ, ਠੀਕ ਆ ਜੀ, ਤੇ ਬਿਲਕੁਲ ਨੰਬਰ ਸਕਰੀਨ ਦੇ ਥੱਲੇ ਚੱਲਦੇ ਰਹਿਣਗੇ। ਇੱਧਰ ਇੱਕ ਵੀਰ ਆਪਣੇ ਕੋਲ ਅਫਸਰ ਝੋਟੀ ਜਿਹੜੀ ਆ, ਇਹਦੀ ਕੱਟੀ ਦੀ ਉਮਰ ਕਿੰਨੀ ਕੁ ਹੋ ਗਈ ਵੈਸੇ? ਹੁਣ ਇਹ 2.5 ਸਾਲਾਂ ਦੀ ਹੋ ਹੀ ਗਈ ਹੈ। 2.5 ਸਾਲ, ਠੀਕ ਹੈ ਜੀ। ਦੋਂਦੀ ਹੋ ਗਈ ਹੈ ਫਿਰ ਮੋਹ ਦੰਦੀ? ਹਾਂਜੀ ਦੋਂਦੀ ਹੋ ਗਈ ਹੈ, ਠੀਕ ਹੈ ਜੀ। ਤੇ ਤਕਰੀਬਨ ਹਜੇ ਵਜਨ ਵੁਜਨ ਥੋੜਾ ਘੱਟ ਹੀ ਹੈ, ਦਾ ਨਾਰਮਲ ਦੀ ਸੇਵਾ ਜੇ ਰਹੀ ਲੱਗਦੀ। ਸੇਵਾ ਨਾਰਮਲ ਆ, ਹਾਂਜੀ, ਤੇ ਉਦਾਂ ਰਵਾ ਜੇ ਤੁਹਾਨੂੰ ਦੱਸੀਏ ਇਹਦੇ ਰਵਾ ਦੀਆਂ ਗੱਲਾਂ ਗਾਣੀਆਂ ਜਿਹੜੀਆਂ। ਅੱਛਾ ਜੀ, ਇਹਦੀ ਮਾਂ ਸਾਡੇ ਕੋਲ 20 ਸੂਏ ਸੂਤੀ। ਅੱਛਾ ਜੀ, ਹੁਣ ਵੀ ਮੌਜੂਦ ਹੀ ਆ? ਨਹੀਂ ਨਹੀਂ, ਐਰਕੀ ਵੇਚੀ ਹੋਣੀ। ਅੱਛਾ ਅੱਛਾ, ਉਹ ਵੀ ਥੋੜੀ ਜਿਆਦੀ ਪੁਰਾਣੀ ਹੋ ਗਈ ਕਰਕੇ ਵੀ ਰਿਟਾਇਰਮੈਂਟ ਦੇਤੀ ਆ। ਹਾਂਜੀ, ਠੀਕ ਆ ਠੀਕ ਆ, ਦੇਣ ਦਾ ਇਰਾਦਾ ਨਹੀਂ ਸੀ ਪਰ ਕਈ ਮਜਬੂਰੀਆਂ ਮਾਰ ਜਾਂਦੀਆਂ ਦੇਣੀ ਪਈ। ਹਾਂ ਬਿਲਕੁਲ ਜੀ ਬਿਲਕੁਲ। ਲਓ ਜੀ, ਠੀਕ ਹੈ ਜੀ, ਵੀਰਾਂ ਦਾ ਵੀ 20 ਸੂਏ ਦੋਸਤੋ, ਕਾਫੀ ਪੁਰਾਣੀ ਮੱਝ ਸੀ ਇਹਦੀ ਮਤਲਬ, ਠੀਕ ਹੈ ਜੀ, ਤੇ 20 ਸੂਬਿਆਂ ਦਾ ਵੀ ਆਪਣੇ ਕੋਲ ਸੂਈ ਆ ਤੇ ਫਿਲਹਾਲ ਉਹਨੂੰ ਰਿਟਾਇਰਮੈਂਟ ਹੀ ਦੇ ਦਿੱਤੀ ਸੀ, ਠੀਕ ਹੈ ਜੀ, ਕਿਉਂਕਿ ਵੈਸੇ ਵੀ ਪਸ਼ੂ ਐਨੀਮਲ ਕੋਈ ਵੀ ਆ ਪੁਰਾਣਾ ਹੋ ਜਾਂਦਾ, ਵਿਰਧ ਜਾਂਦਾ, ਬਜ਼ੁਰਗ ਹੋ ਜਾਂਦਾ, ਠੀਕ ਹੈ ਜੀ, ਸਾਰੇ ਵੀਰਾਂ ਨੂੰ ਪਤਾ ਹੀ ਆ ਉਮਰ ਹੁੰਦੀ ਆ, ਕੋਈ ਸਟੇਜ ਹੁੰਦੀ ਆ ਪਸ਼ੂ ਦੀ ਵੀ, ਤੇ ਇਹ ਉਸੇ ਦੀ ਕੱਟੀ ਝੋਟੀ ਆ, ਠੀਕ ਹੈ ਜੀ, ਤੇ ਕਈ ਕੀ ਰਵੇ ਦਾ ਕੀ ਰਿਹਾ ਪਿੱਛੇ ਦੁੱਧ ਦੁੱਧ ਫਿਰ ਇਹਦੀ ਮਾਂ ਦਾ ਵੈਸੇ ਨਾਰਮਲੀ ਜੇ ਇੰਨਾ ਲੰਮਾ ਤੁਸੀਂ ਦੁੱਧ ਚੋਇਆ ਵੀ ਇਹਦਾ? ਉਹਦੇ ਭਾਈ ਜਿਹੜੇ ਮਹੀਨੇ ਜੇ ਹੁੰਦੀ ਨਾ ਉਸੇ ਜੇ ਆਣ ਕੇ ਫੇਰ ਸੂ ਪੈਂਦੀ, ਹਰ ਵਾਰ ਆਈ ਉਸੇ ਜੀ ਸੂ ਪੈਂਦੀ, ਆ ਹਰ ਵਾਰ ਆਈ ਸੀ ਬਣ ਜਾਂਦੀ ਸੀ ਉਸੇ ਟਾਈਮ ਤੇ। ਆਖ ਨੂੰ ਜੋ ਮਰਜ਼ੀ ਆਖੀ ਜਾਈਏ 12 13 ਲੀਟਰ ਉਹਦੇ ਥੱਲੇ ਆਹੀਂ ਦੁੱਧ ਆਮ ਹੀ ਜਾਂਦੇ ਰਹੇ। ਜਿੱਡੀ ਆਪਣੀ ਨਾਰਮਲ ਆਪਣੇ ਘਰੇਲੂ ਵੀਰਾਂ ਦੀ ਆਪਣੀ ਸਾਫ ਹੁੰਦੀ ਆ, ਹਾਂਜੀ, ਵੀ ਪੱਠਾ ਡੱਕਾ ਪਾ ਕੇ ਰਜਾ ਕੇ ਥੋੜਾ ਬਾਦਾ ਵੰਡਾ ਵੁੰਡਾ ਪਾ ਕੇ ਨਾਰਮਲ ਜੀ ਸਾਫ ਸੁਭਾਅ ਤੇ, ਨਾਰਮਲ ਸਾਫ ਤੇ, ਠੀਕ ਆ ਜੀ। ਤੇ ਜੇ ਉਦਾਂ ਮੰਡ ਸੁੱਟਦੇ ਤੋਂ ਉਹਦੇ ਭਾਂ ਜੋ ਮਰਜ਼ੀ, ਠੀਕ ਆ। ਬਲਦੇਵ ਆਪਣੇ ਵੀਰ ਖੋਲ ਕੇ ਇਹਨੂੰ ਤੋੜ ਕੇ ਦਿਖਾ ਦਈਏ। ਲਓ ਦੋਸਤੋ, ਇਹ ਕੱਟੀ ਵਕਾਊ ਆ, ਜਿਹੜੇ ਵੀਰ ਨੂੰ ਪਸੰਦ ਆਊਗੀ ਤੁਸੀਂ ਸੌਦਾ ਕਰ ਲਿਓ, ਠੀਕ ਆ ਜੀ। ਸਿੰਗ ਨਾਰਮਲ ਜਾਂ ਖੁੱਲਾ ਗੁਲਾਈ ਦੇ ਵਿੱਚ ਕਰਨ ਰਹੀ ਆ ਤੇ ਬਾਕੀ ਮੱਥੇ ਬੱਲ ਆ, ਠੀਕ ਆ। ਤੇ ਪਸ਼ੂ ਜਿੰਨੇ ਵੀ ਆ ਕੋਈ ਵਪਾਰ ਦਾ ਕੰਮ ਨਹੀਂ ਗਾ, ਜੋ ਵੀ ਅੱਜ ਵੀਰ ਇਹ ਮਾਲ ਸੇਲ ਕਰਦਾ ਪਿਆ ਇਹ ਘਰ ਦੇ ਘਰੇਲੂ ਪਸ਼ੂ ਆ, ਠੀਕ ਆ ਜੀ। ਆ ਦੇਖੋ ਬਾਕੀ ਥਣ ਥੁਣ ਚੰਗੇ ਆ, ਇਹਦੇ ਵੱਟ ਵੁੱਟ ਕਾਫੀ ਝੋਲੀ ਦੇ ਵਿੱਚ ਪੈ ਰਹੇ ਆ ਤੇ ਥੋੜੀ ਜਿਹੀ ਅੱਗੇ ਕੇਅਰ ਦੀ ਲੋੜ ਆ, ਮੈਂ ਪਹਿਲਾਂ ਜ਼ਿਕਰ ਕਰ ਦਿੱਤਾ ਸੀ ਦੋਸਤੋ ਵੀ ਥੋੜੀ ਨਾਰਮਲ ਸਾਂਭ ਸੰਭਾਲ ਦੇ ਵਿੱਚੋਂ ਕਈ ਵਾਰ ਜਦੋਂ ਪਸ਼ੂ ਨਿਕਲਦੇ ਆ ਤੇ ਥੋੜੇ ਜਿਹੇ ਘੱਟ ਸਾਂਭੇ ਸੰਭਾਲੇ ਹੁੰਦੇ ਆ। ਅੱਗੇ ਕੋਈ ਵੀਰ ਚੰਗੀ ਸੇਵਾ ਕਰ ਲੂਗਾ 2-4 ਮਹੀਨਿਆਂ ਤੱਕ AI ਦੇ ਬਿਲਕੁਲ ਕਾਬਲ ਹੋ ਜੂਗੀ, ਜਿਵੇਂ ਜਿਵੇਂ ਭਰ ਗਈ ਸਰੀਰਕ ਪੱਖੋਂ। ਸਿਆਲ ਸਿਆਲ ਚ ਸਾਂਭਣ ਦੀ ਲੋੜ ਆ, ਪਰ ਹਾਂਜੀ ਸਾਂਭੀ ਗਈ ਦੇ ਬਣ ਵਾਲੀ। ਠੀਕ ਹੈ ਜੀ, ਠੀਕ ਹੈ ਜੀ, ਚੰਗੀ ਹੈ ਝੋਲੀ ਝਾਲੀ, ਹੈ ਨਾ, ਥਣ ਵੀ ਚਾਰੀ ਹੈ ਨਾ।
ਬਹੁਤ ਵਧੀਆ ਸਾਨੂੰ ਲੱਗਾ। ਅੱਛਾ ਵੀਰ, ਇਹਦੀ ਕੀ ਮੰਗ ਕਰਦੇ ਆ, ਕੀ ਕਿੱਥੋਂ ਤੱਕ ਦੇ ਦਈਏ? ਮੰਗਣ ਨੂੰ ਤੇ 2000 ਰੁਪਏ ਮੰਗਦੇ ਆ। ਬਾਈ, ਬਾਕੀ ਜਿੱਦਾਂ ਦਾ ਕੋਈ ਬਾਕੀ ਜੋ ਵੀ ਕੋਈ ਭੈਣ ਭਰਾ ਗਾਹਕ ਆਉਂਦਾ ਕਰ ਦਿਓ ਜੀ, ਖੁੱਲਾ ਡੁੱਲਾ ਕਰਾਂਗੇ, ਵਿੱਚੋਂ ਕਰ ਦਿਓ ਛੋਟ ਛੱਪਾ। ਬਾਕੀ 2000 ਦੀ ਦੋਸਤੋ ਇਹ ਮਿਲ ਜੂਗੀ, ਠੀਕ ਹੈ ਜੀ, ਵਿੱਚੋਂ ਛੋਟ ਛੱਪਾ ਹੋ ਜਾਊਗਾ ਮੌਕੇ ਤੇ, ਕੋਈ ਵੀਰ ਸੌਦਾ ਕਰੇ, ਠੀਕ ਹੈ ਜੀ, ਥੋੜਾ ਬਹੁਤਾ ਜੋ ਵੀ ਗੁੰਜਾਇਸ਼ ਹੋਈ ਮਾਨਤਾ ਹੋ ਜੂਗਾ। ਆਪਾਂ ਕਿਸੇ ਰੱਖਣ ਵਾਲੇ ਵੀਰ ਨੂੰ ਹਾਂ, ਬਿਲਕੁਲ ਕੋਈ ਰੱਖਣ ਵਾਲਾ ਆਵੇ, ਦੂਜੇ ਵਾਲਾ, ਬਿਲਕੁਲ ਬਿਲਕੁਲ। ਲੈ ਵੀ ਦੋਸਤੋ, ਐਨੀਮਲ ਜਿਹੜੇ ਦੋ ਆ, ਖਾਸ ਤੌਰ ਤੇ ਇੱਕ ਮਾਲੀ ਤੇ ਇੱਕ ਅਨਸਰ ਝੋਟੀ ਦਿਖਾਈ ਆ ਵੀਰਾਂ ਦਾ, ਵੀ ਕੋਈ ਵੀ ਖਰੀਦਦਾਰ ਜਿਹੜਾ ਵੀ ਵੀਰ ਸਾਡੇ ਨਾਲ ਸੰਪਰਕ ਕਰੇ, ਘਰੇਲੂ ਘਰ ਵਾਲਾ ਵੀਰ ਹੋਵੇ, ਠੀਕ ਹੈ ਜੀ, ਤੇ 2 ਨੰਬਰ ਦੇ ਵਿੱਚ ਜਿਹੜਾ ਵੀਰ ਮਾਲ ਖੜਦੇ ਆ ਲੈ ਕੇ ਜਾਂਦੇ ਆ, ਉਹ ਜਿਹੜੇ ਤੁਸੀਂ ਥੋੜਾ ਦੂਰ ਰਹੋ ਜੇ, ਠੀਕ ਹੈ, ਨਾ ਮਾਲ ਨੂੰ ਸੰਪਰਕ ਕਰਿਓ, ਤੇ ਇਹ ਜ਼ਰੂਰੀ ਬੇਨਤੀ ਆ, ਠੀਕ ਹੈ ਜੀ, ਉਹ ਤੁਸੀਂ ਪ੍ਰਵਾਨ ਕਰਿਓ। ਅੱਗੇ ਬਲਦੇ ਭਾਈ, ਆਪਣੇ ਕੋਲ ਜਿਹੜੀ ਆ ਵੈਡ ਸੂਈ ਸਵਾਈ ਆ, ਹਾਂਜੀ, ਇਹਦਾ ਸੂਆ ਕਿੰਨੇ ਕੁ ਦਿਨਾਂ ਦੀ ਸੂਈ ਆ? ਇਹ ਸੂਈ ਕੋਈ 10 ਤੋਂ 12 ਦਿਨ ਹੋ ਗਏ ਹੋਣਗੇ ਨੂੰ। 10-12 ਕੁ ਦਿਨਾਂ ਦੀ ਆ? ਬੱਚਾ ਮਗਰ? ਹਾਂਜੀ, ਬੱਚਾ। ਲਓ ਜੀ, ਮਗਰ ਬੱਚਾ ਆ ਗਿਆ। ਲਓ ਵੀ ਹੈ ਸੂਆ ਦੂਜਾ ਹੀ ਹੈ? ਹਾਂਜੀ, ਦੂਜਾ ਸੂਆ ਹੈ। ਠੀਕ ਹੈ ਜੀ। ਅੱਛਾ, ਇਹਦੇ ਹੁਣ ਦੁੱਧ ਦੀ ਵੀਰ ਕੀ ਸਥਿਤੀ ਆ? ਇਹਦੇ ਥੱਲੇ 10 ਲੀਟਰ ਦੁੱਧ ਹੈ ਜੀ। 10 ਲੀਟਰ? ਹਾਂਜੀ। ਠੀਕ ਹੈ। ਇੱਕ ਥਣ ਤੋਂ ਮਗਰਲੇ ਤੋਂ ਇਹ ਚੱਲ ਰਿਹਾ, ਐਰਕ ਨਹੀਂ ਹੋਈ ਹੋਈ। ਉਲਟ ਬਹਿਣੀ ਵਾਲਾ ਮਗਰਲਾ ਥਣ ਜਿਹੜਾ ਛੋਟਾ ਵਿਖਾਉਂਦੀ ਆ, ਮਤਲਬ ਤੁਸੀਂ ਉਲਟ ਬਹਿਣੀ ਵਾਲਾ ਜਿਹੜਾ ਮਗਰਲਾ ਥਣ ਆ, ਠੀਕ ਹੈ ਜੀ, ਇਸ ਤੁਹਾਨੂੰ ਤੇਲ ਆ ਜਿਹੜੀ ਬੈਕ ਸਾਈਡ ਤੁਹਾਨੂੰ ਦਿਖਾਉਣ ਦੀ ਕਰਦੇ ਆ ਕੋਸ਼ਿਸ਼, ਆ ਜਿਹੜਾ ਬਿਲਕੁਲ ਤੁਸੀਂ ਥਣ ਇੱਕ ਛੋਟਾ ਦਿਖਾਈ ਦੇ, ਇਹ ਤੁਹਾਨੂੰ ਦੇ ਰਿਹਾ, ਠੀਕ ਆ, ਇਹ ਤੁਹਾਨੂੰ ਤੇਲ ਆ, ਤੇ ਬਾਕੀ 3 ਥਣ ਵਰਦੇ ਆ। 10 ਕਿਲੋ ਦੁੱਧ ਇਹਦੇ ਥੱਲੇ ਹੈਗਾ ਹੋਣਾ? ਹਾਂਜੀ ਹਾਂਜੀ, 10 ਲੀਟਰ ਚੋਗ ਦੇਵਾਂਗੇ। ਠੀਕ ਹੈ ਜੀ, ਤੇ ਚੋਣ ਚਵਾਣ ਦੀ ਬਾਕੀ 3 ਥਣਾਂ ਦੀ ਓਕੇ ਰਿਪੋਰਟ ਆ? ਓਕੇ ਓਕੇ ਜੀ। ਵੀ ਬੰਗਾ ਬੁੰਗਾ ਰਸੀ ਵੈਸੇ ਪਾ ਲਈਦਾ ਜੂੜ ਜਾੜ? ਭਾਵੇਂ ਪਾਓ ਤੇ ਭਾਵੇਂ ਨਾ ਪਾਓ। ਠੀਕ ਹੈ ਜੀ। ਲਓ ਵੀਰ ਬਲਦੇਵ, ਇਹ ਵੀ ਖੁੱਲ੍ਹ ਕੇ ਕੱਢ ਵੱਡਾ ਦੋਸਤੋ ਇਸ ਵੈਟ ਦਾ, ਠੀਕ ਹੈ ਜੀ, ਬਾਕੀ ਕੋਈ 10-12 ਕੁ ਦਿਨਾਂ ਦਾ ਆਈਡੀਆ ਮੰਨ ਲਿਓ ਤੁਸੀਂ ਸੂਆ ਤੇ ਦੂਜਾ ਸੂਆ, ਠੀਕ ਹੈ ਜੀ, 10 ਕਿਲੋ ਦੁੱਧ ਦਾ ਕ੍ਰੋਸ ਅੰਗ ਦੇ ਵਿੱਚ ਆ, ਕੋਈ ਵੀਰ ਰਾਠੀ ਦਾ ਤੇ HF ਦਾ ਕ੍ਰੋਸ ਮੰਨ ਲਿਓ, ਠੀਕ ਹੈ ਜੀ, ਰੰਗ ਇੱਕ ਰੰਗ ਬਲੈਕ ਤੇ ਹੈ ਤੇਲਾ, ਠੀਕ ਹੈ ਜੀ, ਮਗਰਲੇ ਥਣ ਦੀ। ਸੋ ਬਾਕੀ ਕਿਸੇ ਭਰਾ ਨੇ ਵੰਗਾ ਰਸੀ ਪਾਉਣੀ ਹੈ ਦੋਸਤੋ, ਅੱਗੇ ਖੁਸ਼ੀ ਹੈ ਕਿਸੇ ਵੀਰ ਦੀ, ਜੇ ਪਾਉਣੀ ਹੈ ਪਾਲੇ, ਨਹੀਂ ਪਾਉਣਾ ਤੇ ਕੁਛ ਆਂਦੀ ਕੁਛ ਨਹੀਂ ਗੀ। ਤੇ ਚਲੋ, ਪਸ਼ੂ ਨੂੰ ਦੋਸਤੋ ਕੋਈ ਦਾਗ ਲੱਗ ਜਾਣਾ ਤੇ ਉਹ ਕਿਸੇ ਦੇ ਹੱਥ ਵੱਸ ਦੀ ਗੱਲ ਨਹੀਂ ਗੀ, ਕਦੇ ਵੀ ਅਨਫੋਰਚੂਨੇਟਲੀ ਕੋਈ ਵੀ ਗੱਲ ਬਣ ਸਕਦੀ ਹੈ। ਠੀਕ ਹੈ ਵੀਰੇ, ਠੀਕ ਆ, ਠੀਕ ਆ ਜੀ। ਪਹਿਲਾ ਪੂਲਾ ਸੂਆ ਆਪਣੇ ਮਤਲਬ ਕਿ ਘਰੇ ਆਪਾਂ ਬੱਚੀ ਤਿਆਰ ਕੀਤੀ ਸੀ। ਲਓ ਜੀ, ਠੀਕ ਆ, ਸੋ ਇੱਕ ਤੁਹਾਨੂੰ ਤਿਲ, ਠੀਕ ਹੈ ਜੀ, ਬਾਕੀ 10 ਕਿਲੋ ਦੁੱਧ ਇਸ ਬੈਡ ਦੇ ਥੱਲੇ ਹਾਜ਼ਰ ਆ, ਤੇ ਸੂਈ ਸਵਾਈ ਦਾ ਸਮਾਂ ਵੀ ਤੁਹਾਨੂੰ ਨੋਟ ਕਰਾਤਾ, ਤਕਰੀਬਨ ਕੋਈ ਜ਼ਿਆਦਾ ਨਹੀਂ 10-12 ਕੁ ਦਿਨ ਦਾ ਸਮਾਂ ਹੋਇਆ ਵੱਛਾ ਮਗਰ ਆ। ਲਓ ਜੀ, ਠੀਕ ਹੈ ਜੀ, ਲਓ ਜੀ, ਠੀਕ ਆ। ਸੋ ਬਾਕੀ 3 ਥਣ ਜਿਹੜੇ ਬਰਾਬਰ ਹੋ ਤੁਹਾਨੂੰ ਦੱਸੋ, ਬਿਲਕੁਲ ਵੀਰ ਨੇ ਸਾਹਮਣੇ ਦਿਖਾਈ ਦਿੱਤਾ, ਮੋਟੀ ਤਾਰ ਆ, ਤੇ ਕੋਈ ਵੀਰ ਇੱਥੇ ਆਣ ਕੇ ਤਸੱਲੀ ਕਰਨੀ ਚਾਹੁੰਦਾ, ਬੇਸ਼ੱਕ ਕੋਈ ਵੀਰ ਸੌਦਾ ਕਰੇ ਸਾਈ ਪਿਆਨਾ, ਇੱਥੇ ਆਣ ਕੇ ਆਪਣੀ ਤਸੱਲੀ ਕਰ ਲਿਓ। ਇਹਦਾ ਬਲਦੇਵ ਭਾਈ ਕੀ ਕਰਦੇ ਆ ਮੁੱਲ ਲੈਣ ਦੇਣ ਕੀ ਰਹੂਗਾ? ਇਹਦਾ 30,000 ਰੁਪਇਆ ਮੈਂ। 30,000? ਬਾਕੀ ਕਰ ਦਿਓ ਜਿੰਨਾ ਵੀ ਹੋ ਸਕਦਾ ਆ ਛੋਟ ਛੋਟਾ। ਕੋਈ ਫਿਕਸ ਰੇਟ ਨਹੀਂ ਗਾ ਕਿਸਾਨ ਵੀਰੋ, ਕੋਈ ਵੀਰ ਵੀ ਤੁਸੀਂ ਬਿਲਕੁਲ ਕਾਲ ਕਰਿਓ, ਠੀਕ ਹੈ ਜੀ, ਇੱਥੇ ਆਣ ਕੇ ਸੌਦੇ ਦੀ ਗੱਲਬਾਤ ਕਰੋਗੇ, ਜੋ ਵੀ ਰੇਟ ਦੱਸਿਆ ਜਾਊਗਾ ਉਹਦੇ ਵਿੱਚੋਂ ਮਾਨਤਨ ਮੌਕੇ ਤੇ ਹੋਊਗਾ ਜ਼ਰੂਰ, ਠੀਕ ਹੈ ਜੀ, ਕੋਈ ਪੱਕਾ ਫਿਕਸ ਰੇਟ ਨਹੀਂ ਗਾ ਵੀ ਹਾਂ ਵੀ 30 ਤੇ ਪੱਕਾ ਵੀ ਪੱਕੀ ਮੋਹਰ ਲੱਗ ਗਈ ਵੀ 30 ਤੋਂ ਘਟਣਾ ਨਹੀਂ ਗਾ, ਮੌਕੇ ਤੇ ਥੋੜਾ ਬਹੁਤਾ ਵਿੱਚੋਂ ਗੁੰਜਾਇਸ਼ ਹੋ ਜੂਗੀ। ਇੱਕ ਬਲਦੇਵ ਆਪਣੇ ਕੋਲ ਵੀਰ ਇੱਧਰ ਲਾਸਟ ਵਿੱਚ ਇੱਕ ਸ਼ਾਹੀਵਾਲ ਅੰਗ ਦੇ ਵਿੱਚ ਲਾਲ ਰੰਗ, ਇਹ ਵੈੜ ਗੱਭਣ ਤਿਆਰੀ ਵਾਲੀ ਹੈ ਜੀ, ਇਹ ਵੀਰ ਜੀ ਖੜੂਗੀ 10 ਦਿਨ ਖੜੂਗੀ, 10 ਕੁ ਦਿਨਾਂ ਦੀ, 10 ਕੁ ਦਿਨਾਂ ਚ ਲੈਂਦੀ ਹੈ, ਦੂਜੇ ਸੋਹੇ ਸੋਨਾ ਹੈ।
ਇਹ ਵੀ ਆਪਣੇ ਘਰੇ ਪਹਿਲਾ ਸੂਆ ਚੋਇਆ ਦਾ? ਹਾਂਜੀ ਆਹ ਬਸ ਇਹਦੀ ਬੱਜੀ ਪਹਿਲੇ ਸੂਏ ਦੀ। ਠੀਕ ਹੈ ਜੀ। ਤਾਂ ਦੱਸੋ ਪਹਿਲੇ ਸੂਏ ਘਰੇ ਵੀਰ ਨੇ ਚਵਾਈ ਕੀਤੀ ਆ ਤੇ ਹੁਣ ਇਹ ਦੂਜਾ ਸੂਆ ਵੈਰ ਨੇ ਸੂਣਾ। ਠੀਕ ਆ ਜੀ। ਤੇ 10 ਕੁ ਦਿਨ ਦੇ ਘੱਟੋ ਘੱਟ ਲੈ ਜੂਗੇ ਜੀ? 10 ਕੁ ਦਿਨ ਖੁੱਲੇ? ਹਾਂਜੀ ਲੈ ਜੂਗੀ, ਵੱਧ ਹੀ ਖੜੂਗੀ ਘੱਟ ਨਹੀਂ ਖੜੂਗੀ। ਠੀਕ ਹੈ ਜੀ। ਤੇ ਪਹਿਲਣ ਨੇ ਦੁੱਧ ਵੈਸੇ ਕਿੰਨਾ ਕੁ ਨਾਰਮਲ ਕਿੰਨਾ ਕੁ ਚਵਾ ਗਈ ਸੀ? ਇਹਦੇ ਥੱਲੇ 12 ਲੀਟਰ ਤੇ ਚਵਾਇਆ। 12 ਲੀਟਰ, 12 ਤੋਂ 13 ਮਿਲਦੀ ਮਿਲਾਉਂਦੀ ਆ। ਕਈ ਵਾਰ ਲੋਕਾਂ ਦੇ ਮਨਾਂ ਦੇ ਵਿੱਚ ਵੀਰਾਂ ਦੇ ਹੁੰਦਾ ਵੀ ਡਾਊਟ ਜਿਹਾ ਵੀ ਕੋਈ ਗਰਮ ਸਰਦ ਨਾ ਹੋਵੇ। ਨਹੀਂ ਨਹੀਂ ਇਹੋ ਜੀ ਕੋਈ ਗੱਲ, ਕੋਈ ਬੰਗਾ ਬੁੰਗਾ ਬਿਨਾਂ ਬੰਗੇ ਬੁੰਗੇ ਤੋਂ ਚਵਾਈ ਕਰਦੇ ਰਹੇ। ਹਾਂਜੀ ਹਾਂਜੀ। ਠੀਕ ਹੈ ਜੀ। ਉਹ ਦੱਸੋ 10 ਕੁ ਲੀਟਰ ਪਹਿਲਣ ਨੇ ਦੁੱਧ ਚਵਾਇਆ। ਠੀਕ ਹੈ ਜੀ। ਹੁਣ ਦੂਜਾ ਸੂਆ ਇਸ ਵਾਰ ਨੇ ਸੂਣਾ ਤੇ ਸ਼ਾਹੀਵਾਲ ਕ੍ਰਾਸ ਅੰਗ ਦੇ ਵਿੱਚ ਆ। ਠੀਕ ਆ। ਤੇ ਲਾਲ ਰੰਗ ਆ, ਬਦਾਮੀ ਰੰਗ ਆ, ਜਿੱਦਾਂ ਆਪਾਂ ਤੁਹਾਨੂੰ ਸਾਰੇ ਵੀਰਾਂ ਨੂੰ ਨੋਟ ਕਰਾਈ ਦਿੱਤਾ। ਤੇ ਮਗਰ ਪਹਿਲੇ ਸੂਏ ਦੀ ਵੱਛੀ ਵੀ ਹੈਗੀ ਆ। ਠੀਕ ਆ ਜੀ। ਪਹਿਲੇ ਸੂਏ ਵੱਛੀ ਦਿੱਤੀ ਸੀਗੀ, ਹੁਣ ਪੂਰੀ ਤਿਆਰੀ ਤੇ ਆ। ਹਜੇ ਲੜ ਲੁੜ ਕਾਫੀ, ਢਿੱਲ ਬਹੁਤ ਜ਼ਿਆਦੀ ਆ, 10 ਕੁ ਦਿਨ ਕੱਢਦੀ ਆ ਹਜੇ। ਠੀਕ ਆ ਜੀ। ਸੋ 10 ਕੁ ਦਿਨ ਹਜੇ ਕੱਚੀ ਆ, ਲਿਆਓ ਵੀਰ ਕੱਢ ਲਿਓ। ਚਾ ਸੋ ਲਾਉਣਾ ਬਣਾਉਣਾ ਜਿਹੜਾ ਕਿਸਾਨ ਵੀਰ ਉਹ ਸਟਾਰਟ ਕੀਤਾ ਕੋਈ 10-20-25% ਤੁਸੀਂ ਆਪ ਸਾਹਮਣੇ ਦੇਖ ਲਓ। ਠੀਕ ਆ ਜੀ। ਕੋਈ 8-10 ਕੁ ਦਿਨਾਂ ਦੇ ਵਿੱਚ ਪੂਰੀ ਬਣ ਕੇ ਤਿਆਰ ਹੋ ਜੂਗੀ। ਠੀਕ ਆ। ਆਹ ਫੇਸ ਕੁਆਲਿਟੀ ਦੀ, ਮੂੰਹ ਮੱਥੇ ਦੀ। ਠੀਕ ਆ। ਥੋੜ੍ਹਾ ਜਿਹਾ ਬਲਦੇਵ ਭਾਈ ਅੱਗੋਂ ਘੁਮਾ ਕੇ ਥੋੜ੍ਹਾ ਇਹਨੂੰ ਤੋਰ ਦਿਆ ਜੀ। ਹਾਂ ਥੋੜ੍ਹਾ ਜਿਹਾ ਲਿਓ, ਇੱਕ ਗੇੜਾ ਹੋਰ ਕਢਾ ਦਿਓ ਮਾੜਾ ਇਹਨੂੰ। ਡਰਦੀ ਨਾ ਕੈਮਰੇ ਤੋਂ ਮਗਰ? ਹਾਂ ਬਿਲਕੁਲ ਜੀ, ਖੋਲੇ ਖਾਲੇ ਕਈ ਵਾਰ ਘਰੇ ਘੱਟ ਹੀ ਹੁੰਦੇ ਆ ਪਸ਼ੂ। ਲਿਓ ਜੀ। ਬਗਾਨਾ ਬੰਦਾ ਨਹੀਂ ਨਾ ਕਿਤੇ ਲੱਗ ਆਇਆ ਹੋਇਆ। ਬਿਲਕੁਲ ਬਿਲਕੁਲ। ਸੋ ਪਿੰਡੇ ਪੁੰਡੇ ਦੀ ਦੋਸਤੋ ਪੂਰੀ ਨਿੱਗਰ, ਪੂਰਾ ਵਜਨ ਲੋੜ ਆ ਵੈਟ ਦਾ, ਜੰਮੀ ਪਲੀ ਪੂਰੀ ਆ। ਸੋ ਪੂਰੀ ਗੋਲ ਆ। ਠੀਕ ਆ। ਤੇ ਦੂਜਾ ਸੂਆ ਇਸ ਵੱਛੀ ਨੇ ਸੂਣਾ, ਬਾਕੀ ਥੱਲੇ ਲੇਵੇ ਦੀ ਵੀ ਪੂਰੀ ਸਾਫ਼ ਸੁਥਰੀ ਆ ਤੇ 10 ਕੁ ਦਿਨਾਂ ਦੇ ਵਿੱਚ ਚੰਗੀ ਥੱਲਿਓ ਬਣ ਕੇ ਤਿਆਰ ਹੋ ਜੂਗੀ। ਲੜ ਲੁੜ ਕਾਫੀ ਜ਼ਿਆਦੇ ਆ, ਤੁਸੀਂ ਢਿੱਲ ਢੁੱਲ ਵੇਖ ਕੇ ਚੈੱਕ ਕਰ ਲਿਆ ਜੇ ਵੀ ਲੜ ਕਾਫੀ ਆ। ਸੋ ਚੰਗੀ ਆ ਵੱਛੀ, ਜਿੰਨੀ ਚੰਗੀ ਆ ਚਾਰੇ ਥਣ, ਕੋਈ ਪੋਟ ਕੋਈ ਮਾਸ ਐਕਸਟਰਾ ਲੱਗਾ ਨਹੀਂ ਤੁਹਾਨੂੰ ਨਜ਼ਰ ਆਊਗਾ। ਠੀਕ ਆ। ਸੋ ਚੰਗੀ ਆ ਵੈਟ ਜਿੰਨੀ ਆ। ਅੱਛਾ ਵੀਰ ਬਲਦੇਵ, ਕਿਵੇਂ ਇਹ ਕਿੰਨੇ ਦੀ ਦੇ ਦਈਏ ਫਿਰ ਆਪਾਂ? ਜਗ੍ਹਾ ਬਣਾ 40,000 ਰੁਪਏ ਆਨੇ ਆ ਵੱਟਿਆ। ਅੱਛਾ 40,000 ਵੱਟਿਆ ਜਾਵੇ ਤੇ ਵੱਸੀ ਚੰਗੀ ਆ। ਹਾਂ ਲੋ ਵੀ 40,000 ਆ, ਬਾਕੀ 40,000 ਵੱਟਿਆ ਜਾਊਗਾ, ਬਾਕੀ ਕਰ ਦਿਓ ਖੁੱਲਾ ਡੁੱਲਾ ਮਾਨਤਾ। 10 ਕੁ ਦਿਨ ਸਾਹਮਣੇ ਸੂਤਨੀ ਆ ਕਰਾਂਗੇ। ਬਿਲਕੁਲ, ਜਿੰਨਾ ਅਗਲੇ ਨੇ ਸਾਹਮਣੇ ਉਹਨਾਂ ਕਰਾਂਗੇ। ਬਿਲਕੁਲ ਜੀ ਬਿਲਕੁਲ। ਲੋ ਵੀ ਕਿਸਾਨ ਵੀਰ 10 ਕੁ ਦਿਨ ਪਏ ਆ ਉਹਦੇ ਅਕੋਰਡਿੰਗ। ਠੀਕ ਆ ਜੀ। ਵੀਰਾਂ ਦਾ ਵੀ ਮਾਨਤਾ ਆਪਾਂ ਕਰ ਦਿਆਂਗੇ ਖੁੱਲਾ। ਸੋ ਕੋਈ ਭਰਾ ਫੋਨ ਤੁਸੀਂ ਲਾ ਲਿਓ। ਠੀਕ ਆ। ਵੱਛੀ ਚੰਗੀ ਆ, ਬਾਕੀ ਪਲੀ ਪਲੀਤੀ ਜਿੰਨੀ ਵੀ ਆ ਸਭੀ ਆ ਤੇ ਕ੍ਰੋਸ ਅੰਗ ਦੇ ਵਿੱਚ ਆ। ਠੀਕ ਆ ਜੀ। ਨਾਰਮਲੀ ਇੱਕ ਦੇਸੀਪਣ ਵੀ ਹੈਗਾ ਵੈਟ ਦੇ ਵਿੱਚ ਤੇ ਫੈਟ ਫੂਡ ਚੰਗੀ ਆ ਜੂਗੀ। ਠੀਕ ਆ। ਬਾਕੀ ਤੁਹਾਡੇ ਸਾਹਮਣੇ ਆ ਸਫਾਈਆਂ ਦੇ ਵਿੱਚ ਆ। ਤੇ ਇਹ ਅੱਜ ਨਾਗ ਨੇ, ਅੱਜ ਟੋਟਲ ਜਿਹੜੇ ਆਪਾਂ ਦੋਸਤੋ ਤੁਹਾਨੂੰ ਦਿਖਾਉਣੇ ਸੀਗੇ ਵੀਰ ਬਲਦੇਵ ਸਿੰਘ ਉਹਨਾਂ ਦੇ ਘਰੋਂ ਪਿੰਡ ਦੁਗਲ ਵਾਲੇ ਅੱਜ ਆਪਣੀ ਵਿਜਿਟ ਸੀਗੀ ਤੇ ਤਰਨ ਤਰਨ ਸਾਹਿਬ ਦੇ ਬਿਲਕੁਲ ਨਾਲ ਲੱਗਦਾ ਪਿੰਡ ਆ ਦੁਗਲ ਵਾਲਾ। ਠੀਕ ਆ ਜੀ। ਝੰਡੇਰ ਪਿੰਡ ਤੇ ਰਸੂਲਪੁਰ ਨਹਿਰਾਂ, ਇਹ ਥੋੜ੍ਹੀ ਥੋੜ੍ਹੀ ਦੂਰੀ ਤੇ ਨਾਲ ਲੱਗਦੇ ਪਿੰਡ ਆ। ਤੇ ਬਲਦੇਵ ਇੱਕ ਵੀਰ ਨੰਬਰ ਆਪਣੇ ਕਰ ਦਿਓ ਸਾਂਝੇ, 95015-31-3143 ਤੇ ਇੱਕ ਹੋਰ ਦੂਜਾ 1-88728 091। ਠੀਕ ਹੈ ਜੀ। ਇੱਕ ਵਾਰੀ ਫਿਰ ਬੋਲ ਦਈਏ, 88728। ਹਾਂਜੀ 091 ਨੰਬਰ ਸਹੀ ਹੈ ਨਾ? ਲਓ ਵੀ ਕਿਸਾਨ ਵੀਰੋ, ਇਹ ਨੰਬਰ ਬਿਲਕੁਲ ਸਕਰੀਨ ਦੇ ਥੱਲੇ ਚੱਲ ਚੁੱਕੇ ਆ। ਠੀਕ ਹੈ ਜੀ। ਨੰਬਰਾਂ ਤੇ ਤੁਸੀਂ ਕਾਲ ਕਰ ਲਿਓ ਤੇ ਪਿੰਡ ਵਿਜਿਟ ਕਰਕੇ ਆਪਣੀ ਤਸੱਲੀ ਕਰ ਲਿਓ। ਠੀਕ ਹੈ ਜੀ। ਮਾਲ ਜਿੰਨਾ ਵੀ ਆਪਾਂ ਤੁਹਾਨੂੰ ਪਸ਼ੂ ਦਿਖਾਏ ਆ। ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਭਰਾਵਾਂ ਨੂੰ। ਸਤਿ ਸ਼੍ਰੀ ਅਕਾਲ।